ਅਸਲਾਮ ਅਲੈਕੁਮ ਨਸੀਰਾਬਾਦ ਸਮਾਚਾਰ ਸਾਂ ਆਉਂ ਆਇਆ ਜੀ ਮਸਣ ਅੱਜ ਵੀ ਖਾਸ ਖਾਸ ਕਰੂੰ ਸ਼ਹਿਰੀ ਇਤਾਦ ਨਸੀਰਾਬਾਦ ਪਰ ਤਾਲਕਾ ਹਸਪਤਾਲ ਜੀ ਤਾਮੀਰੀ ਕਮ ਮੇ ਸੁਸਤੀ ਬਰਤਣ ਐਂ ਸਫ਼ਾਈ ਅਮਲੇ ਸਾਂ ਥੀਂਦੜ ਜ਼ਿਆਦਤਨ ਖਿਲਾਫ਼ 12 ਡੀਪੀ ਪੁੱਖ ਹੜਤਾਲ ਜਾਰੀ। ਇਸਲਾਮਾਬਾਦ ਮੇ ਅਵਾਮੀ ਵਰਕਰਸ ਪਾਰਟੀ ਸਮੇਤ ਮੁਖਤਲਿਫ਼ ਅਗਵਾਨ ਜੀ ਗ੍ਰਿਫ਼ਤਾਰੀ ਖਿਲਾਫ਼ ਅਵਾਮੀ ਵਰਕਰਸ ਪਾਰਟੀ ਨਸੀਰਾਬਾਦ ਜੋ ਏਹਤਜਾਜੀ ਮੁਜ਼ਾਹਿਰੋ। ਨਸੀਰਾਬਾਦ ਸ਼ਹਿਰ ਮੇ ਸਫ਼ਾਈ ਕੰਦੜ ਅਮਲੇ ਜੀ ਬੁਹਾਰ ਛੱਡ ਹੜਤਾਲ ਜਾਰੀ। ਸਮੂਰੋ ਸ਼ਹਿਰ ਗੰਦਗੀ ਜੋ ਘਰ ਬਣਜੀ ਵਿਯੋ। ਗਵਰਮੈਂਟ ਡਿਗਰੀ ਕਾਲਜ ਨਸੀਰਾਬਾਦ ਮੇ ਰਾਂਦਿਨ ਜੋ ਹਫ਼ਤੋ ਮਲਾਇਓ ਪਿਓ ਵਜੇ। ਨਸੀਰਾਬਾਦ ਸ਼ਹਿਰੀ ਇਤਾਦ ਜੇ ਸਰ ਤੇ ਤਾਲਕਾ ਹਸਪਤਾਲ ਜੋ ਅਡਾਵਤੀ ਕਮ ਸੁਸਤ ਰਫ਼ਤਾਰੀ ਸਾਂ ਹਲਣ ਐਂ ਸੈਨੇਟਰੀ ਮੁਲਾਜ਼ਮਨ ਕੇ ਪੱਕੋ ਨ ਕਰਨ ਬਾਅਦ ਪੈਦਾ ਥਿਅਲ ਸਫ਼ਾਈ ਜੇ ਬੁਹਰਾਨ ਖਿਲਾਫ਼ ਅੱਜ 12 ਡੀ ਬੀ ਤਾਲਕਾ ਪ੍ਰੈਸ ਕਲੱਬ ਅਗਿਆ ਅਲਾਪਤੀ ਭੁੱਖ ਹੜਤਾਲ ਕਈ ਵਈ। ਜੇ ਪੀ ਪੀ ਸ਼ਹੀਦ ਭੁੱਟੋ, ਕੌਮੀ ਅਵਾਮੀ ਤਰੀਕ, ਅਵਾਮੀ ਵਰਕਰਸ ਪਾਰਟੀ, ਸਿੰਧ ਯੂਨਾਈਟਿਡ ਪਾਰਟੀ, ਕਸਟਾ, ਸੱਚਲ ਵੈਲਫੇਅਰ, ਹਿੰਦੂ ਪੰਚਾਇਤ, ਸਿੰਧੀ ਅਦਬੀ ਸੰਗਤ, ਨਮਸਵਾ, ਕਪਵਾ, ਅੱਡਾ ਮਜ਼ਦੂਰ ਯੂਨੀਅਨ, ਨੂਨ ਲੀਗ, ਜਿਸਕਮ, ਰਾਈਸ ਮਿਲ ਮਜ਼ਦੂਰ ਯੂਨੀਅਨ ਸਮੇਤ ਮੈਂਬਰ ਤਨਜ਼ੀਮੁਨਿ ਜੇ ਅਗਵਾਨਨ ਐਂ ਕਾਰਕੁਨਨਿ ਐਂ ਸ਼ਹਿਰੀਨਿ ਵਡੇ ਅੰਗ ਮੇਂ ਸ਼ਿਰਕਤ ਕਈ। ਉਨ ਮੌਕੇ ਤੇ ਸ਼ਹਿਰੀ ਇਤਾਦ ਜੇ ਸਦਰ ਮੁਰਤਜ਼ਾ ਚਾਂਡੇ, ਮੁਮਤਾਜ਼ ਅਲੀ ਕਲੋੜੇ, ਹਬੀਬ ਮਲਾਣੇ, ਅਸ਼ਫਾਕ ਮੱਸਣ, ਸਿੰਗਾਰ ਨੂਨਾਰੀ, ਸੁਨੀਲ ਕੁਮਾਰ, ਆਸ਼ਿਕ ਕਲੋੜੇ, ਜ਼ੁਹੇਬ ਕੁਰੈਸ਼ੀ, ਅਜ਼ਹਰ ਮੰਗੀ, ਇਬਰਾਹਿਮ ਚਾਂਡੇ, ਐਡਵੋਕੇਟ ਇਨਾਇਤ ਤੁਨੇ, ਹਾਜੀ ਖਾਨ ਬਿਰੋਈ ਐਂ ਬੇਨ ਚਯੋ ਤ ਨਸੀਰਾਬਾਦ 1.5 ਲੱਖ ਆਬਾਦੀ ਵਾਰੋ ਸ਼ਹਿਰ ਇਸਪਤਾਲ ਜੀ ਬਿਲਡਿੰਗ ਨ ਹੁਜਣ ਸਬਬ ਸਿਹਤ ਜੀ ਸਹੂਲਤਨ ਖਾਂ ਮਹਿਰੂਮ ਆਹੇ ਐਂ ਇਸਪਤਾਲ ਮੇਂ ਦਵਾਉਣ ਜੀ ਖੋਟ ਸਬਬ ਸ਼ਹਿਰੀ ਸਖ਼ਤ ਪਰੇਸ਼ਾਨ ਆਹਿਨ ਐਂ ਟਾਊਨ ਇੰਤਜ਼ਾਮੀਆ ਜੀ ਪੋਰੀਅਤ ਮੁਲਾਜ਼ਮਨ ਕੇ ਪੱਕੇ ਕਰਨ ਬਜਾਏ ਕੇ ਨੇਕਾਲੀ ਡਿੱਨੀ ਪਈ ਵਜੇ ਜੇਕੋ ਅਮਲ ਸਰਾਸਰ ਗਲਤ ਆਹੇ। ਜਡੇ ਤ ਟਾਊਨ ਇੰਤਜ਼ਾਮੀਆ ਜੀ ਬੇਧਿਆਨੀ ਸਬਬ ਸਜੋ ਸ਼ਹਿਰ ਗੰਦਗੀ ਜੇ ਵਰ ਚੜੀ ਵਿਯੋ ਆਹੇ ਐਂ ਸ਼ਹਿਰ ਜਾ ਬੁਨਿਆਦੀ ਮਸਾਲਾ ਹੱਲ ਨਥਾ ਥਿਅਨਿ ਜਿਹਜਾ ਜ਼ਿੰਮੇਵਾਰ ਚੂੰਡੀਅਲ ਨੁਮਾਇੰਦਾ ਆਹਿਨਿ। ਇਹਨਾਂ ਚਏ ਤਾਂ ਜੇਸੀ ਤਾਈਂ ਅਸਾਂਜਾ ਸਮੂਰਾ ਮੁਤਾਲਬਾ ਮਨਜ਼ੂਰ ਨਥਾ ਥਿਅਨਿ ਤੇਸੀ ਤਾਈਂ ਅਸਾਂਜੋ ਇਹਤਜਾਜ ਜਾਰੀ ਰਹੰਦੋ। ਅਵਾਮੀ ਵਰਕਰਸ ਪਾਰਟੀ ਐਂ ਪ੍ਰੋਗਰੈਸਿਵ ਸਟੂਡੈਂਟ ਫੈਡਰੇਸ਼ਨ ਪਾਰਾ ਇਸਲਾਮਾਬਾਦ ਮੇਂ ਪੁਰਅਮਨ ਇਹਤਜਾਜ ਕੰਦੜ ਪਾਰਟੀ ਅਗਵਾਨਨ ਜੀ ਗ੍ਰਿਫ਼ਤਾਰੀ ਐਂ ਮਤਲ ਕੇਸ ਦਾਖਲ ਕਰਨ ਖਿਲਾਫ਼ ਤਾਲਕਾ ਪ੍ਰੈਸ ਕਲੱਬ ਅਗਿਆ ਇਹਤਜਾਜੀ ਮੁਜ਼ਾਹਰੋ ਕਯੋ ਵਿਯੋ। ਉਨ ਮੌਕੇ ਤੇ ਅਵਾਮੀ ਵਰਕਰਸ ਪਾਰਟੀ ਅਗਵਾਨਨ ਕਾਮਰੇਡ ਸਿੰਗਾਰ ਨੂਨਾਰੀ, ਸਫ਼ੀ ਚੰਨਾ, ਮਿੱਠਲ ਕਲੋੜੇ, ਹਿਦਾਰ ਪਿੰਜੜੀ ਐਂ ਬੇਨ ਚਯੋ ਤੇ ਇਸਲਾਮਾਬਾਦ ਪ੍ਰੈਸ ਕਲੱਬ ਆਡੋ ਪੁਰਅਮਨ ਇਹਤਜਾਜ ਮੇਂ ਸ਼ਰੀਕ ਡਿਪਟੀ ਜਨਰਲ ਸੈਕਟਰੀ ਅਸਮਤ ਸ਼ਾਹਜਹਾਂ, ਸਦਰ ਪੰਜਾਬ ਅਮਰ ਰਸ਼ੀਦ ਐਂ ਬੇਨ ਪਾਰਟੀ ਕਾਰਕੁਨਨ ਜੀ ਗ੍ਰਿਫ਼ਤਾਰ ਜੀ ਸਖ਼ਤ ਲਫ਼ਜ਼ਨ ਮੇਂ ਮੁਜ਼ਮਤ ਕਯੂ ਥਾ ਐਂ ਅਵਾਮੀ ਵਰਕਰਸ ਪਾਰਟੀ ਸਿੰਧ ਪੀ ਟੀ ਆਈ ਹਕੂਮਤ ਜੀ ਨਾਮਨਿਹਾਦ ਜਮਹੂਰੀਅਤ ਐਂ ਅਵਾਮ ਦੁਸ਼ਮਨ ਪਾਲੀਸੀਨ ਕੇ ਰੱਦ ਕਰੇ ਥੀ। ਪਰ ਹਿਤੇ ਹਕੂਮਤ ਪੁਰਮਨ ਇਹਤਜਾਜ ਕੰਦੜਨ ਕੇ ਬਿਨਾ ਜਵਾਬ ਗ੍ਰਿਫ਼ਤਾਰ ਕਰੇ ਡਾਟਾ ਜੋ ਸਬੂਤ ਦੇਈ ਰਹੀ ਆਏ। ਅਵਾਮੀ ਵਰਕਰਸ ਪਾਰਟੀ ਸਿੰਧ ਪੁਰਜ਼ੋਰ ਮੁਤਾਲਬੋ ਕਰੇ ਥੀ ਤਨ ਗ੍ਰਿਫ਼ਤਾਰ ਪਾਰਟੀ ਅਗਵਾਨਨ ਐਂ ਕਾਰਕੁਨਨ ਕੇ ਬਿਨਾ ਦੇਰ ਆਜ਼ਾਦ ਕਯੋ ਵਜੇ। ਬੀ ਸੂਰਤ ਮੇਂ ਸਜੀ ਸਿੰਧ ਮੇਂ ਇਹਤਜਾਜ ਜੋ ਸਿਲਸਿਲੋ ਸ਼ੁਰੂ ਕਯੋ ਵੇਂਦੋ। ਟਾਊਨ ਕਮੇਟੀ ਨਸੀਰਾਬਾਦ ਪਾਰਾ ਸਫ਼ਾਈ ਕੰਦੜ ਅਮਲੇ ਜਾਂ ਮੁਤਾਲਬਾ ਨ ਮੰਨਣ ਐਂ ਪਘਾਰੁਨਿ ਮੇਂ ਨਾਜਾਇਜ਼ ਕਟੌਤੀ ਖਿਲਾਫ਼ ਸਫ਼ਾਈ ਕੰਦੜ ਅਮਲੇ ਪਾਰਾ 2 ਡੀ ਬੀ ਬਾਹਰ ਛੱਡ ਹੜਤਾਲ ਜਾਰੀ ਰਹੀ। ਜੇ ਕਰੇ ਸ਼ਹਿਰ ਜਾ ਸਮੂਰਾ ਵਾਰਡ ਗੰਦਗੀ ਜੋ ਘਰ ਬਣਜੀ ਵਿਯਾ ਆਹਿਨਿ। ਹਰ ਤਰਫ਼ ਗੰਦ ਹੀ ਗੰਦ ਨਜ਼ਰ ਅਚੀ ਰਹੀਓ ਆਹੇ। ਜੇ ਕਰੇ ਸ਼ਹਿਰਨ ਜੋ ਘਰਨਿ ਮੇਂ ਰਹਿਣ ਐਂ ਖਿਟਿਨਿ ਮੇਂ ਘੁੰਮਣ ਅਜ਼ਾਬ ਬਣਜੀ ਵਿਯੋ ਆਹੇ। ਬੇ ਤਰਫ਼ ਟਾਊਨ ਕਮੇਟੀ ਇੰਤਜ਼ਾਮੀਆ ਜੇ ਕਨ ਤੇ ਜੂੰ ਹੀ ਕਾਨ ਥੀ ਚੁਰੇ। ਹੂ ਪੰਹਿੰਜੀ ਮਨਮਸਤਿਨ ਮੇਂ ਮਹੂ ਆਹਿਨਿ। ਵਾਜ਼ੇ ਰਹੇ ਤੇ ਰੋਜ਼ਾਨੀ ਉਜਰਤ ਤੇ ਕਮ ਕੰਦੜ ਕੱਚਨਿ ਮੁਲਾਜ਼ਮਨ ਖੇ ਬਰਤਰਫ਼ ਕਰਨ ਖਾਂ ਪੋਏ ਸਫ਼ਾਈ ਜੋ ਬੁਹਰਾਨ ਪੈਦਾ ਥੀ ਵਿਯੋ ਆਹੇ। ਉਹਦਾ ਬਾਸਰ ਮਾਣਨ ਪਾਰਾ ਸਫ਼ਾਈ ਜੇ ਸ਼ੋਬੇ ਮੇਂ ਭਰਤੀ ਕਰਾਇਲ ਵਾਈਟ ਕਲਰ ਭੰਗੀ ਟੂਟੀ ਖਾਂ ਆਜਾ ਆਹਿਨਿ। ਜੇਕੀ ਹਰ ਮਹੀਨੇ 50 ਲੱਖ ਖਾਂ ਮਥੇ ਪਗਾਰੂ ਖਣੀ ਰਹਿਆ ਆਹਿਨਿ। ਜਿਨ ਖਾਂ ਟਾਊਨ ਇੰਤਜ਼ਾਮੀਆ ਹਰ ਮਹੀਨੇ ਟੂਟੀ ਨ ਕਰਨ ਜੇ ਵਜ਼ 5-6 ਹਜ਼ਾਰ ਰੁਪਏ ਤਾਈਂ ਕਟੌਤੀ ਕਰੇ ਪਾਜੇ ਖੀਸੋ ਗਰਮ ਕਰੇ ਥੀ। ਸਮੂਰੇ ਸ਼ਹਿਰਨ ਕੇ ਗਣਤੀ ਆਏ ਤਾਂ ਆਖਿਰ ਚੇਅਰਮੈਨ ਸਮੇਤ ਕੁੰਡਲ ਕਾਉਂਸਿਲ ਕਿਹੜੇ ਦਰਦ ਜੀ ਦਵਾ ਬਣੇ ਲਾਏ। ਗਵਰਮੈਂਟ ਡਿਗਰੀ ਕਾਲਜ ਨਸੀਰਾਬਾਦ ਮੇਂ ਸਪੋਰਟਸ ਵੀਕ ਜੀ ਸ਼ੁਰੂਆਤ ਕਈ ਵਈ ਆਏ। ਜਿਹੋ ਇਫ਼ਤਤਾਹ ਪ੍ਰਿੰਸੀਪਲ ਆਸ਼ਿਕ ਅਲੀ ਕਲੋੜੇ, ਅਗੂਣੇ ਪ੍ਰਿੰਸੀਪਲ ਐਂ ਡਾਇਰੈਕਟਰ ਕਾਲਜਿਸ ਪ੍ਰੋਫੈਸਰ ਅਬਦੁਲ ਫਤਾਹ ਵਾਹ ਜੇ ਕਈ। ਗਵਰਮੈਂਟ ਡਿਗਰੀ ਕਾਲਜ ਨਸੀਰਾਬਾਦ ਮੇਂ ਸਪੋਰਟਸ ਵੀਕ ਜੀ ਸ਼ੁਰੂਆਤ ਕਈ ਵਈ ਆਏ। ਜਿਹੋ ਇਫ਼ਤਤਾਹ ਪ੍ਰਿੰਸੀਪਲ ਆਸ਼ਿਕ ਅਲੀ ਕਲੋੜੇ, ਅਗੂਣੇ ਪ੍ਰਿੰਸੀਪਲ ਐਂ ਡਾਇਰੈਕਟਰ ਕਾਲਜਿਸ ਪ੍ਰੋਫੈਸਰ ਅਬਦੁਲ ਫਤਾਹ ਵਾਹ ਜੇ ਕਯੋ। ਮੁਕਾਬਲੇ ਮੇਂ 11 ਕਲਾਸ ਜੇ ਸ਼ਾਗਿਰਦਨ 12 ਕਲਾਸ ਜੀ ਟੀਮ ਕੇ ਟਿਕ ਅਖ਼ਬਾਰ ਜੀ ਮੁਕਾਬਲੇ ਮੇਂ ਸ਼ਿਕਸਤ ਡਿੱਨੀ। ਹਿਨਨ ਚਏ ਤੋ ਕਾਲਜ ਮੇਂ ਸਜੋ ਹਫ਼ਤੋ ਰਾਂਦਿਨ ਜਾ ਮੁਖ਼ਤਲਿਫ਼ ਮੁਕਾਬਲਾ ਕਰਾਇਆ ਵੇਂਦਾ ਐਂ ਰੀਜਨ ਜੇ ਬੇਨ ਕਾਲਜ ਸਾਬੀ ਰਾਂਦਿਨ ਜਾ ਮੁਕਾਬਲਾ ਰਖਿਆ ਆਹਿਨਿ। ਡਾਇਰੈਕਟਰ ਫਿਜ਼ੀਕਲ ਐਜੂਕੇਸ਼ਨ ਜ਼ਹੂਰ ਹੁਸੈਨ ਤੁਨੀ ਰਾਂਦਿਨ ਜੇ ਹਵਾਲੇ ਸਾਂ ਸ਼ਾਗਿਰਦਨ ਕੇ ਸਖ਼ਤ ਵਰਜ਼ਿਸ਼ ਐਂ ਹਿਦਾਇਤੂ ਡਿੱਨੀ। ਹਰ ਖ਼ਬਰ ਜੀ ਖ਼ਬਰ ਅਵਾਂ ਤਾਈਂ
ABC News, Nasirabad, Samachar.